ਨਹੀਂ ਰਵਿਦਾਸ ਭਾਈਚਾਰੇ ਵੱਲੋਂ ਇੱਕ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ ਸੀ ਔਰ ਇਹ ਮੰਗ ਕੀਤੀ ਗਈ ਸੀ ਜਿਹੜੀ ਇਲੈਕਸ਼ਨ ਦੀ ਤਾਰੀਖ ਹੈ ਉਹਨੂੰ ਚੇਂਜ ਕਰ ਦਿੱਤਾ ਜਾਵੇ ਜਿਸ ਨੂੰ ਲੈ ਕੇ ਅੱਜ ਰਵਿਦਾਸ ਭਾਈਚਾਰੇ ਵੱਲੋਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਸਾਡੇ ਨਾਲ ਜੱਸੀ ਤੱਲਣ ਹੈ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਜੱਸੀ ਜੀ ਅੱਜ ਧਰਨਾ ਪ੍ਰਦਰਸ਼ਨ ਕਰ ਦਿੱਤਾ ਗਿਆ ਕੀ ਕਾਰਨ ਕੀ ਹੈ ਦੇਖੋ ਮੈਂ ਤੁਹਾਡੇ ਮੀਡੀਆ ਰਾਹੀਂ ਦੱਸਣਾ ਚਾਹੁੰਦਾ ਭਾਜੀ ਵੀ ਆਪਾਂ ਦੇਖੋ ਕਿਦੋਂ ਦਾ ਮੰਗ ਪੱਤਰ ਦਿੱਤਾ ਜੀ ਆਪਾਂ ਮੰਗ ਪੱਤਰ ਇਹ ਦਿੱਤਾ ਸੀਗਾ ਵੀ ਜਿਹੜਾ ਇਹ ਅਸੀਂ ਜਿਹੜਾ 17 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਬੰਦ ਕਰਾਂਗੇ ਪਰ ਸਾਨੂੰ ਜਦੋਂ ਫੋਨ ਆਇਆ ਕੱਲ੍ਹ ਵੀ ਅਸੀਂ ਬਡਾਲਾ ਚੌਂਕ ਗੁਰੂ ਰਵਿਦਾਸ ਚੌਂਕ ਨਕੋਦਰ ਚੌਂਕ ਬਾਬਾ ਸਾਹਿਬ ਅੰਬੇਦਕਰ ਚੌਂਕ ਮਕਸੂਦਾਂ ਕਪੂਰਥਲਾ ਚੌਂਕ ਅਸੀਂ ਇਕੱਲੇ ਇਕੱਲੇ ਨੂੰ ਕਹਿਤਾ ਵੀ ਇਕੱਲਾ ਇਕੱਲਾ ਧਰਨਾ ਲਾਓ ਇੱਕ ਜਗ੍ਹਾ ਆ ਜਾਓ ਵੀ ਪੂਰਾ ਸ਼ਹਿਰ ਖੁੱਲ੍ਹਾ ਹੋਊਗਾ ਜਿਹੜਾ ਪੁਲਿਸ ਆ ਉਹ ਰੂਟ ਬਣਾਵੇ ਇੱਕ ਰੂਟ ਪਲਾਨ ਕਰ ਲੈਂਦੀ ਪਰ ਰੂਟ ਪਲਾਨ ਜੇ ਕੋਈ ਪੁਲਿਸ ਨੇ ਕੀਤਾ ਹੀ ਨਹੀਂ ਅੱਜ ਜਿਹੜਾ ਇੱਥੇ ਆਪਾਂ ਸਵੇਰ ਦੇ 10 ਵਜੇ ਦੇ ਬੈਠੇ ਹਾਂ 3 ਘੰਟਿਆਂ ਬਾਅਦ ਫੇਰ ਜਦੋਂ ਕਿ ਹਾਈਵੇ ਬੰਦ ਕੀਤਾ ਹਾਲ ਵੀ ਬੰਦ ਕਰਨ ਤੋਂ ਬਾਅਦ ਰੂਟ ਪਲਾਨ ਪੁਲਿਸ ਦਾ ਕੁਝ ਨਹੀਂ ਹੈਗਾ ਇਹਦੇ ਕਾਰਨ ਕੀ ਸਾਡੀ ਮਜਬੂਰੀ ਅਸੀਂ ਵੀ ਚਾਹੁੰਦੇ ਹਾਂ ਵੀ ਜਿਹੜੇ ਕਿਸੇ ਨੂੰ ਐਮਰਜੈਂਸੀ ਆ ਤੁਸੀਂ 10 ਵਜੇ ਦੀ ਗੱਲ ਕਰਦੇ ਹੋ 10 ਵਜੇ ਦੇ ਤੁਸੀਂ ਇੱਥੇ ਖੜੇ ਹੋ ਪੁਲਿਸ ਦੇ ਕਈ ਉੱਚੇ ਅਧਿਕਾਰੀ ਇੱਥੇ ਪਹੁੰਚੇ ਏਡੀਸੀ ਵੀ ਪਹੁੰਚੇ ਹੋਏ ਸੀਗੇ ਉਹਨਾਂ ਨਾਲ ਤੁਹਾਡਾ ਕੀ ਗੱਲਬਾਤ ਹੋਈ ਏਡੀਸੀ ਸਾਹਿਬ ਤਾਂ ਚਲੋ ਆਏ ਸਵੇਰ ਦੇ ਆਏ ਆ ਉਹ ਕਹਿੰਦੇ ਵੀ ਜਿਹੜਾ ਇਲੈਕਸ਼ਨ ਕਮਿਸ਼ਨ ਦੇ ਵਿੱਚ ਮੀਟਿੰਗ ਜਿਹੜੀ ਆ ਉਹ ਚੱਲ ਰਹੀ ਆ ਵੀ ਉਹਦੇ ਵਿੱਚ ਏਜੰਡੇ ਦੀ ਤੁਹਾਡੀ ਗੱਲ ਹੋ ਜਾਊਗੀ ਆਪਾਂ ਤਾਂ ਆਪ ਚਾਹੁੰਦੇ ਆ ਵੀ ਇਲੈਕਸ਼ਨ ਕਮਿਸ਼ਨ ਦੇਖੋ 17 ਤਰੀਕ ਦੀ ਲੇਟ ਨਾ ਕਰ ਵੇਟ ਨਾ ਕਰਦਾ ਇਸ ਤੋਂ ਪਹਿਲੇ ਡਿਸੀਜਨ ਦੇਣ ਦਾ ਦੇਖੋ ਜੇ ਲੋਕ ਹੀ ਨਾ ਪਾਉਂਗੇ ਵੋਟਾਂ 'ਚ ਤਾਂ ਕਿਹੜਾ ਬੰਦਾ ਪਾਊਗਾ ਇਲੈਕਸ਼ਨ ਕਮਿਸ਼ਨ ਦਾ ਮਤਲਬ ਇਹ ਹੁੰਦਾ ਵੀ ਉਹ ਤਰੀਕ ਚੁਣੀ ਜਾਵੇ ਜਿੱਥੇ ਕੋਈ ਧਾਰਮਿਕ ਸਮਾਗਮ ਜਾਂ ਪ੍ਰੋਗਰਾਮ ਨਾ ਹੋਵੇ ਸਾਰੀ ਸੰਗਤ ਜਿਹੜੀ ਆ ਪੰਜਾਬ 'ਚ ਹੋਵੇ ਉਹਨੂੰ ਇਲੈਕਸ਼ਨ ਕਮਿਸ਼ਨ ਕਹਿੰਦੇ ਆ ਉਹਨਾਂ ਨੇ ਕਿਸੇ ਕੋਲ ਤਰੀਕ ਹੀ ਨਹੀਂ ਪੁੱਛੀ ਨਾ ਡੀਸੀ ਕੋ ਨਾ ਸੀਐਮ ਸਾਹਿਬ ਤੋਂ ਪੁੱਛੀ ਆ ਆਪਣੇ ਆਪ ਹੀ ਜਿਹੜੀਆਂ ਤਰੀਕਾਂ ਨਿਰਧਾਰਤ ਕਰਦੀਆਂ ਅੱਜ ਜੇ ਸ਼ਕਤੀ ਪ੍ਰਦਰਸ਼ਨ ਹੋ ਰਿਹਾ ਤੇ ਸਰਬ ਤੇ ਸਰਬ ਚੋਣ ਕਮਿਸ਼ਨ ਕਰਕੇ ਹੋ ਰਿਹਾ ਹੈ ਕਿਉਂਕਿ ਕਾਫੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਆ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਮਨਾਉਣ ਜਾਂਦੇ ਆ ਜੀ ਕਿਉਂਕਿ 13 ਫਰਵਰੀ ਨੂੰ ਗੁਰੂ ਰਵਿਦਾਸ ਮਹਾਰਾਜ ਦੀ ਜੈਂਤੀ ਦੇ ਉੱਪਰ ਇੱਥੋਂ ਬਨਾਰਸ ਜਿਹੜੀ ਟ੍ਰੇਨ ਜਾਂਦੀ ਹੈ ਜਿਸ 'ਤੇ ਬਹੁਤ ਵੱਡੀ ਮਾਤਰਾ ਦੇ ਵਿੱਚ ਰਵਿਦਾਸੀਆ ਸਮਾਜ ਜਾਂਦਾ ਸਾਡੇ ਡੇਰਾ ਸੱਚਖੰਡ ਬੱਲਾਂ ਦੇ ਗੱਦੀ ਨਸ਼ੀਜ ਮਹਾਰਾਜ ਵੀ ਉਹ ਵੀ ਜਾਂਦੇ ਆ ਟ੍ਰੇਨ ਦੇ ਵਿੱਚ ਉਹਨਾਂ ਦੇ ਨਾਲ ਇੰਨੀ ਸੰਗਤ ਜਾਂਦੀ ਆ ਆਪਾਂ ਜੇ ਆਪਾਂ ਉੱਦਾਂ ਐਸਟੀਮੇਟ ਲਾ ਲਈਏ ਤਾਂ 50 ਲੱਖ ਤੋਂ ਉੱਪਰ ਜਿਹੜਾ ਬੰਦਾ ਰਵਿਦਾਸੀਆ ਸਮਾਜ ਦਾ ਪੰਜਾਬ ਜਾਂਦਾ ਪਰ ਉਹਦਾ ਵੋਟ ਤੋਂ ਵਾਂਝਾ ਰਹਿ ਗਿਆ ਨਾ ਸਾਡੀ ਤਾਂ ਇੱਕ ਜੈਨੂਅਨ ਮੰਗ ਆ ਵੀ ਉਹਨਾਂ ਨੂੰ ਵੀ ਅਧਿਕਾਰ ਮਿਲਣਾ ਚਾਹੀਦਾ ਵੀ ਜਿਹੜੀ ਵੋਟ ਪਾਉਣ ਦਾ ਸਾਰਿਆਂ ਨੂੰ ਅਧਿਕਾਰ ਹੈ ਕਿਉਂਕਿ ਬਾਬਾ ਸਾਹਿਬ ਅੰਬੇਦਕਰ ਜੀ ਨੇ ਸਾਨੂੰ ਐਸੀਆਂ ਨੂੰ ਵੀ ਪੂਰੇ ਸਮੁੱਚੇ ਸਮਾਜ ਨੂੰ ਵੀ ਅਧਿਕਾਰ ਲੈ ਕੇ ਦਿੱਤਾ ਸੋ ਸਾਡਾ ਇਹ ਫਰਜ਼ ਬਣਦਾ ਵੀ ਉਹ ਬੰਦਿਆਂ ਦੀ ਆਵਾਜ਼ ਉਠਾਈਏ ਅਸੀਂ ਉਹ ਜੈਨੂਅਨ ਆਵਾਜ਼ ਉਠਾ ਰਹੇ ਹਾਂ ਕਿਉਂਕਿ ਤਾਰੀਖ ਚੇਂਜ ਕਰਨ ਲਈ ਨਾ ਕਈ ਧਾਰਮਿਕ ਜਥੇਬੰਦੀਆਂ ਨੇ ਇੱਥੇ ਤੱਕ ਕਿ ਸੀਐਮ ਸਾਹਿਬ ਨੇ ਚਿੱਠੀ ਵੀ ਲਿਖ ਕੇ ਇਲੈਕਸ਼ਨ ਕਮਿਸ਼ਨ ਦਿੱਤੀ ਕਿ ਤਾਰੀਖ ਚੇਂਜ ਕਰ ਦਿੱਤੀ ਜਾਵੇ ਦੇਖੋ ਸੀਐਮ ਸਾਹਿਬ ਨੇ ਵੀ ਜਿਹੜੀ ਇਹਨਾਂ ਨੇ ਕਿਹਾ ਸੀਗਾ ਵੀ ਚੋਣ ਕਮਿਸ਼ਨ ਜਿਹੜੇ ਐਸ ਕਰਨਾ ਰਾਜੂ ਆ ਜੀ ਉਹਨਾਂ ਨਾਲ ਵੀ ਗੱਲ ਹੋਈ ਸੀ ਸਾਨੂੰ ਇਹ ਲੱਗਾ ਸੀ ਵੀ ਇਹਨਾਂ ਨੇ ਕਿਤੇ ਸੀਐਮ ਸਾਹਿਬ ਨੂੰ ਜਾਂ ਜਿਹੜੇ ਡਿਪਟੀ ਕਮਿਸ਼ਨਰ ਜਿਹੜੇ ਥੋਰੀ ਸਾਹਿਬ ਆ ਉਹਨਾਂ ਨੂੰ ਪੁੱਛਿਆ ਹੋਊਗਾ ਪਰ ਲੱਗਾ ਨਹੀਂ ਕਿਉਂਕਿ ਜਿਹੜੀ ਲੈਟਰ ਆ ਸੀਐਮ ਸਾਹਿਬ ਨੇ ਭੇਜੀ ਆ ਉਸ ਤੋਂ ਬਾਅਦ ਭਾਜਪਾ ਨੇ ਭੇਜਤੀ ਸਾਰੀਆਂ ਪਾਰਟੀਆਂ ਨੇ ਪੋਲੀਟੀਕਲ ਬਸਪਾ ਜਿਹੜੇ ਪੰਜਾਬ ਪ੍ਰਧਾਨ ਗੜੀ ਆ ਉਹਨਾਂ ਨੇ ਭੇਜਤੀ ਆ ਤੇ ਸੋ ਇੰਨਾ ਪ੍ਰੈਸ਼ਰ ਹੁੰਦੇ ਹੋਏ ਵੀ ਚੋਣ ਕਮਿਸ਼ਨ ਨੇ ਹਜੇ ਤੱਕ ਮੀਟਿੰਗ ਵਿੱਚ ਏਜੰਡਾ ਨਹੀਂ ਪਾਸ ਕੀਤਾ ਹੁਣ ਤੁਹਾਨੂੰ ਪ੍ਰਸ਼ਾਸਨ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਲੈਕਸ਼ਨ ਕਮਿਸ਼ਨ ਨਾਲ ਮੀਟਿੰਗ ਚੱਲ ਰਹੀ ਆ ਇਸ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਦੇਖੋ ਆਪਾਂ ਚਾਹੁੰਦੇ ਆ ਵੀ ਫੈਸਲਾ ਜਿਹੜਾ ਹੋ ਜਾਵੇ ਆਪਾਂ ਪ੍ਰਸ਼ਾਸਨ ਦੀ ਜਿੱਦਾਂ ਕਿਹਾ ਵੀ ਗੱਲ ਮੰਨੀ ਆ ਇਹ ਕਹਿੰਦਾ ਸਾਡੀ ਮੀਟਿੰਗ ਚੱਲਦੀ ਪਈ ਆ ਤੁਹਾਡਾ ਫੈਸਲਾ ਹੋ ਜਾਊਗਾ ਅਸੀਂ ਤਾਂ ਸਵਾਗਤ ਕਰਦੇ ਹਾਂ ਪਰ ਸਾਡੀ ਕਾਲ ਹੀ 10 ਤੋਂ 4 ਸੀਗੀ 4 ਵਜੇ ਤੱਕ ਦਿੱਤੀ ਸੀਗੀ ਸੋ ਸਾਡਾ ਇਹ ਫਰਜ਼ ਬਣਦਾ ਨਾ 4 ਵਜੇ ਤੱਕ ਟਾਈਮ ਪੂਰਾ ਕਰਨਾ ਉਸ ਤੋਂ ਬਾਅਦ ਤੁਹਾਨੂੰ ਚੁੱਕ ਦਾਂਗੇ ਕਿਤੇ ਨਾ ਕਿਤੇ ਜਿਹੜੇ ਲੋਕ ਹੈ ਪਰੇਸ਼ਾਨ ਹੋ ਰਹੇ ਤੁਸੀਂ ਟ੍ਰੈਫਿਕ ਦੇਖ ਲਓ ਜਾਮ ਕਿੱਥੇ ਤੱਕ ਲੱਗ ਚੁੱਕਾ ਦੇਖੋ ਲੋਕਾਂ ਦੀ ਹਮਦਰਦੀ ਆਪਾਂ ਨੂੰ ਸੀਗੀ ਆਪਾਂ ਪਹਿਲਾਂ ਵੀ ਮੀਡੀਆ ਤੋਂ ਦੱਸਣਾ ਚਾਹੁੰਦੇ ਵੀ ਕਿਸੇ ਨੂੰ ਐਮਰਜੈਂਸੀ ਆ ਵੀ ਆਪਾਂ ਸਾਰੇ ਸਮਾਜ ਨੂੰ ਅਪੀਲ ਕੀਤੀ ਆ ਕਿਸੇ ਦਾ ਵਿਆਹ ਸ਼ਾਦੀ ਆ ਮਰਗ ਤੇ ਆ ਤੇ ਜਾਂ ਕੋਈ ਐਂਬੂਲੈਂਸ ਆ ਉਹਨੂੰ ਸਭ ਤੋਂ ਪਹਿਲਾਂ ਚੁੱਕਿਆ ਜਾਵੇ ਵੀ ਤੁਹਾਨੂੰ ਚਾਹੇ ਚੁੱਕਣਾ ਪੈ ਵੀ ਉਹਨਾਂ ਨੂੰ ਗੋਣੀ ਗੱਡੀਆਂ ਸਾਡਾ ਫਰਜ਼ ਬਣਦਾ ਤੁਸੀਂ ਜਿੱਦਾਂ ਕਹਿ ਰਹੇ ਕੋਈ ਐਂਬੂਲੈਂਸ ਹੋਵੇ ਕਿ ਵਿਆਹ ਸ਼ਾਦੀ ਹੋਵੇ ਉਹਨਾਂ ਨੂੰ ਘਾਤਾ ਜਿਨ੍ਹਾਂ ਦਾ ਕਾਫਲਾ ਬਹੁਤ ਪਿੱਛੇ ਰੁਕਿਆ ਹੈ ਉਹ ਕਿੱਦਾਂ ਨਿਗਾਇਆ ਜਾਵੇਗਾ ਹੁਣ ਦੇਖੋ ਇਹੀ ਤਾਂ ਗੱਲ ਹੈ ਨਾ ਫਿਰ ਇਹ ਪੁਲਿਸ ਦੇ ਜੇ ਕਿਤੇ ਪਲਾਨ ਬਣਾਇਆ ਹੁੰਦਾ ਤੇ ਫੇਰ ਹੀ ਸੀ ਤਾਂ ਕੱਲ ਦਾ ਕਹੀ ਜਾਂਦੇ ਸੀ ਵੀ ਸਾਰੇ ਧਰਨੇ ਛੱਡ ਕੇ ਅਸੀਂ PAP ਰੱਖ ਲਿਆ ਜਦ ਅਸੀਂ ਕਹਿ ਹੀ ਦਿੱਤਾ ਸੀ ਜਿੰਨੀ ਫੋਰਸ ਇੱਥੇ ਲਾਈ ਆ ਇਹੀ PAP ਦੇ ਆਲੇ ਦੁਆਲੇ ਦੇ ਸਾਰੇ ਪੈਸੇ ਲਾਈ ਹੁੰਦੀ ਤਾਂ ਲੋਕ ਪਰੇਸ਼ਾਨ ਨਾ ਹੁੰਦੇ ਜੇ ਇਹ ਤੁਸੀਂ ਕਿਹਾ ਕਿ ਅਸੀਂ ਸਾਰੇ ਜਥੇਬੰਦੀਆਂ ਨੂੰ ਇਹ ਕਾਲ ਕਰਕੇ ਕਹਿਤਾ ਜੀ ਸਾਰੇ PAP ਇਕੱਠੇ ਹੋਵੋ ਮਗਰ ਉਸ ਤੋਂ ਥੋੜ੍ਹੀ ਜਿਹੀ ਅੱਗੇ ਚਲੇ ਮੈਕਡੋਨਲਡ ਦੇ ਬਾਹਰ ਵੀ ਧਰਨਾ ਲੱਗਾ ਹੋਇਆ ਇੱਕ ਉਹ ਅਤੇ ਇੱਕ ਲਾਂਬੜੇ ਦੇ ਕੋਲ ਇਹ 2 ਰਹਿ ਗਿਆ ਸੀ ਬਾਕੀ ਜਿੰਨੇ ਧਰਨੇ ਸਾਰੇ ਇੱਥੇ ਆ ਗਏ ਸੀਗੇ ਉਹਨਾਂ ਨੇ ਵੀ ਅਪੀਲ ਕੀਤੀ ਆ ਵੀ ਯਾਰ ਆਪਾਂ ਮੈਸੇਜ ਇਹ ਦਈਏ ਜਿੱਥੇ ਕਿਹਾ ਵੀ ਸਾਰੇ ਸਾਥੀ ਉੱਥੇ ਪਹੁੰਚੋ ਉਹਨਾਂ ਨੇ ਵੀ ਕਿਹਾ ਵੀ ਅਸੀਂ ਇੱਥੇ ਮਿੰਟ 'ਚ ਪਹੁੰਚ ਜਾਂਦੇ ਹਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਨੈਸ਼ਨਲ ਹਾਈਵੇ ਦੀਆਂ ਨੈਸ਼ਨਲ ਹਾਈਵੇ ਕਿੱਥੇ ਤੱਕ ਜਾਮ ਲੱਗਾ ਹੋਇਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਪਰੇਸ਼ਾਨ ਹੋ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਕੁਝ ਲੋਕ ਸਾਡੇ ਕੋਲ ਖੜੇ ਸਰ ਤੁਸੀਂ ਕਿੱਥੇ ਹੋ ਆਏ ਸੀ ਕਿੱਥੇ ਜਾਣਾ ਕੀ ਦਿੱਕਤ ਦਾ
कंसर्न बंदे करो करो डीसी ऑफिस जाओ, इतने हाईवे ते जाम क्यों कर रहे हो, डीसी ऑफिस जाओ, सीएम दे घर जाओ, इतने हाईवे ते क्यों जाम कर रहे हो। ਤੁਸੀਂ ਕਿੱਥੋਂ ਆਏ ਸੀ, ਕਿੱਥੇ ਜਾਣਾ ਸੀ? ਚੰਡੀਗੜ੍ਹ ਤੋਂ ਆਏ ਜੀ ਅਸੀਂ ਵੀ, ਜਲੰਧਰ ਜਾਣਾ ਆਪਾਂ ਵੀ। ਕਿੰਨਾ ਕੁ ਦਿੱਕਤ ਦਾ ਸਾਹਮਣਾ ਕਰਨਾ ਪਿਆ? ਉਹ ਦਿੱਕਤਾਂ ਹੋ ਰਹੀ ਜਨਾਬ, ਸਵੇਰ ਦੇ ਚੱਲੇ ਹੋਏ, ਹੁਣ ਜਾ ਕੇ ਘੰਟਾ ਹੋ ਗਿਆ ਉਰੇ ਫਸੇ ਨੂੰ। ਪਹਿਲਾਂ ਹੀ ਫਸ ਗਏ ਸੀਗੇ, ਫਿਰ ਬੜੀ ਮੋੜ ਮੋੜ ਕੇ ਗੱਡੀ ਦੁਬਾਰਾ ਹਾਈਵੇ 'ਤੇ ਆਏ, ਹੁਣ ਦੁਬਾਰਾ ਜਾਮ 'ਚ ਫਸੇ ਹੋਏ ਸੀ। ਜਿਹੜੇ ਜਥੇਬੰਦੀਆਂ ਰਵਿਦਾਸ ਭਾਈਚਾਰੇ ਨੇ ਇਹ ਚੱਕਾ ਜਾਮ ਕੀਤਾ ਹੈਗਾ, ਉਹਨਾਂ ਨੇ ਇੱਕ ਹਫ਼ਤਾ ਪਹਿਲਾਂ ਡਿਪਟੀ ਕਮਿਸ਼ਨ ਨੂੰ ਇਹ ਕਿਹਾ ਗਿਆ ਸੀਗਾ ਕਿ ਅਸੀਂ 10 ਤਰੀਕ ਨੂੰ 17 ਤਰੀਕ ਨੂੰ ਚੱਕਾ ਜਾਮ ਕਰਨਾ। ਇੱਥੇ ਕਿਹਦੀ ਗਲਤੀ ਮੰਨਦੇ ਹੋ? ਸਰ ਸਰਕਾਰ ਇਸਕੇ ਪ੍ਰਸ਼ਾਸਨ ਕੀ ਬਿਲਕੁਲ ਜਬ ਬਤਾਇਆ ਹੈ ਤਾਂ ਉਸਕਾ ਤਾਂ ਕੁਛ ਨਾ ਕੁਛ ਕਰਨਾ ਚਾਹੀਦਾ ਨਾ। ਤਸਵੀਰਾਂ ਤੁਹਾਨੂੰ ਨੈਸ਼ਨਲ ਹਾਈਵੇ ਦੀਆਂ ਦਿਖਾਉਂਦੇ ਹਾਂ, ਤਸਵੀਰਾਂ ਨੈਸ਼ਨਲ ਹਾਈਵੇ ਦੀਆਂ ਦਿਖਾ ਦਿੰਦੇ ਹਾਂ। ਨੈਸ਼ਨਲ ਹਾਈਵੇ ਜਾਮ ਹੈ ਜਿਹੜੀ ਇਹ ਲੁਧਿਆਣੇ ਤੋਂ ਸੜਕ ਨੈਸ਼ਨਲ ਸੜਕ ਆਉਂਦੀ ਹੈ ਔਰ ਦਿੱਲੀ ਤੱਕ ਜਾਂਦੀ ਹੈ। ਤਸਵੀਰਾਂ ਹੀ ਤੁਸੀਂ ਦੇਖ ਸਕਦੇ ਹੋ, ਤਸਵੀਰਾਂ ਜਲੰਧਰ ਸ਼ਹਿਰ ਦੇ PAP ਚੌਂਕ ਦੀਆਂ ਨੇ। ਨੈਸ਼ਨਲ ਹਾਈਵੇ ਜਿਹੜਾ ਜਾਮ ਕੀਤਾ ਹੋਇਆ ਹੈ, ਤਸਵੀਰਾਂ ਹੀ ਤੁਸੀਂ ਦੇਖ ਸਕਦੇ ਹੋ, ਤਸਵੀਰਾਂ ਜਲੰਧਰ ਸ਼ਹਿਰ ਦੀਆਂ ਨੇ ਜਿੱਥੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਰਵਿਦਾਸ ਭਾਈਚਾਰੇ ਵੱਲੋਂ ਇਹ ਜਿਹੜਾ ਚੱਕਾ ਜਾਮ ਕੀਤਾ ਹੈ, ਰਵਿਦਾਸ ਭਾਈਚਾਰੇ ਨੇ ਪਿਛਲੇ ਦਿਨੀ ਇੱਕ ਮੰਗ ਦਾ ਜਲਨ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਗਿਆ ਸੀਗਾ ਔਰ ਇਹ ਕਿਹਾ ਗਿਆ ਸੀ ਜਿਹੜੀ ਇਲੈਕਸ਼ਨ ਦੀ ਤਾਰੀਖ ਹੈ ਉਹਨੂੰ ਬਦਲਿਆ ਜਾਵੇ। ਦੂਸਰੇ ਪਾਸੇ ਪੁਲਿਸ ਪ੍ਰਸ਼ਾਸਨ ਦੀ ਵੱਲੋਂ ਵੀ ਇੱਥੇ ਪੁਖਤਾ ਇੰਤਜ਼ਾਮ ਕੀਤੇ ਹੋਏ ਸੀ। ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਰਵਿਦਾਸ ਭਾਈਚਾਰੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਪਿਆ ਸੀਗਾ, ਮਗਰ ਜਦੋਂ ਕੋਈ ਗੱਲ ਸਿਰੇ ਨਹੀਂ ਚੜ੍ਹੀ ਉਸ ਤੋਂ ਬਾਅਦ ਰਵਿਦਾਸ ਭਾਈਚਾਰੇ ਨੇ ਇਹ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਨੈਸ਼ਨਲ ਹਾਈਵੇ ਜਾਮ ਦੋਨੋਂ ਪਾਸੇ ਕੀਤਾ ਹੋਇਆ। ਹੁਣ ADC ਭਾਈਚਾਰੇ ਨਾਲ ਗੱਲਬਾਤ ਕਰਦੇ ਹੋਏ ADC ਵੱਲੋਂ ਭਾਈਚਾਰੇ ਨੂੰ ਇਹ ਆਸ਼ਵਾਸਨ ਦਿੱਤਾ ਜਾ ਰਿਹਾ ਕਿ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਹੈ ਮੀਟਿੰਗ ਚੱਲ ਰਹੀ ਹੈ, ਕੁਝ ਸਮਾਂ ਦੇ ਦਿੱਤਾ ਜਾਵੇ। ਹੁਣ ਇਹ ਦੇਖਣਾ ਹੈ ਕਿ ਰਵਿਦਾਸ ਭਾਈਚਾਰਾ ਸਮਾਂ ਦਿੰਦਾ ਜਾਂ ਨਹੀਂ। ਤਸਵੀਰਾਂ ਜਲੰਧਰ ਸ਼ਹਿਰ ਦੀਆਂ ਨੇ, ਤਸਵੀਰਾਂ ਤੁਹਾਨੂੰ ਇੱਕ ਵਾਰੀ ਫਿਰ ਦਿਖਾ ਦਿੰਦੇ ਹਾਂ। ਲੋਕਾਂ ਨੂੰ ਵੀ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਕਾਫੀ ਲੰਬਾ ਜਾਮ ਇੱਥੇ ਲੱਗ ਚੁੱਕਾ ਕਿਉਂਕਿ ਨੈਸ਼ਨਲ ਹਾਈਵੇ ਹੈ। ADC ਰਵਿਦਾਸ ਭਾਈਚਾਰੇ ਨਾਲ ਗੱਲਬਾਤ ਕਰਦੇ ਹੋਏ ਔਰ ਇਹ ਕਿਹਾ ਜਾ ਰਿਹਾ ਕਿ ADC ਵੱਲੋਂ ਕਿ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਮੀਟਿੰਗ ਹੈ ਉਹ ਚੱਲ ਰਹੀ ਹੈ। ਤਸਵੀਰਾਂ ਹੀ ਤੁਸੀਂ ਦੇਖ ਸਕਦੇ ਹੋ, ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਾਂਗੇ। ਰਵਿਦਾਸ ਭਾਈਚਾਰੇ ਵੱਲੋਂ ਦੋਨੋਂ ਹੀ ਜਿਹੜੀਆਂ ਸੜਕਾਂ ਹੈ ਨੈਸ਼ਨਲ ਹਾਈਵੇ ਉਹਨਾਂ ਨੂੰ ਜਾਮ ਕਰ ਦਿੱਤਾ। ਸਵੇਰ ਤੋਂ ਹੀ ਪੁਲਿਸ ਪ੍ਰਸ਼ਾਸਨ ਅਤੇ ਰਵਿਦਾਸ ਭਾਈਚਾਰੇ ਨਾਲ ਗੱਲਬਾਤ ਚੱਲ ਰਹੀ ਸੀਗੀ। 10 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਚੱਕਾ ਜਾਮ ਦਾ ਐਲਾਨ ਕੀਤਾ ਗਿਆ ਸੀਗਾ, ਮਗਰ ਜਦੋਂ ਗੱਲਬਾਤ ਕਿਤੇ ਸਿਰੇ ਨਹੀਂ ਚੜ੍ਹੀ ਉਸ ਤੋਂ ਬਾਅਦ ਜਿਹੜਾ ਹੈ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇੱਥੇ ਪੁਖਤਾ ਇੰਤਜ਼ਾਮ ਕੀਤੇ ਹੋਏ ਨੇ। ਪਿਛਲੇ ਦਿਨੀ ਰਵਿਦਾਸ ਭਾਈਚਾਰੇ ਵੱਲੋਂ ਇੱਕ ਮੰਗ ਪੱਤਰ ਜਲੰਧਰ ਦੇ ਡਿਪਟੀ ਕਮਿਸ਼ਨਰ ਦਨਸ਼ਾਮ ਥੋਰੀ ਨੂੰ ਦਿੱਤਾ ਗਿਆ ਸੀ। ਮੰਗ ਪੱਤਰ ਵਿੱਚ ਇਹ ਕਿਹਾ ਗਿਆ ਸੀ ਜਿਹੜੀ ਇਲੈਕਸ਼ਨ ਦੀ ਤਾਰੀਖ ਹੈ 14 ਫਰਵਰੀ ਨੂੰ ਬਦਲ ਦਿੱਤਾ ਜਾਵੇ ਕਿਉਂਕਿ ਇਸ ਦਿਨ ਲੱਖਾਂ ਹੀ ਸ਼ਰਧਾਲੂ ਗੁਰੂ ਮਹਾਰਾਜ ਦਾ ਜਨਮ ਦਿਹਾੜਾ ਮਨਾਉਣ ਕਾਂਸ਼ੀ ਪਹੁੰਚਦੀਆਂ ਨੇ ਔਰ ਇਹ ਕਿਹਾ ਗਿਆ ਸੀ ਅਗਰ ਲੱਖਾਂ ਹੀ ਸ਼ਰਧਾਲੂ ਕਾਂਸ਼ੀ ਪਹੁੰਚਦੀਆਂ ਉਹ ਵੋਟ ਪਾਉਣ ਤੋਂ ਵਾਂਝੀ ਰਹਿ ਜਾਣਗੇ। ਪੁਲਿਸ ਪ੍ਰਸ਼ਾਸਨ ਵੱਲੋਂ ਭਾਈਚਾਰੇ ਨੂੰ ਮਨਾਇਆ ਜਾ ਰਿਹਾ ਹੈ, ਨੈਸ਼ਨਲ ਹਾਈਵੇ ਜਾਮ ਖੋਲ੍ਹਣ ਲਈ ਕਿਹਾ ਜਾ ਰਿਹਾ। ਲੋਕ ਗੱਲਬਾਤ ਕਰ ਰਹੇ ਨੇ, ਆਮ ਪਬਲਿਕ ਜਿਹੜੀ ਪਰੇਸ਼ਾਨ ਹੋ ਰਹੀ ਹੈ ਔਰ ਭਾਈਚਾਰੇ ਨਾਲ ਗੱਲਬਾਤ ਕਰਦੀ ਹੋਈ ADC ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਗੱਲਬਾਤ ਕਰ ਲੈਂਦੇ ADC ਨਾਲ ਕੀ ਕਹਿਣਾ ਸਰ? ਕਾਫੀ ਲੰਬਾ ਸਮਾਂ ਹੋ ਚੁੱਕਾ ਕਿ ਭਾਈਚਾਰੇ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਤਾ, ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਦੇਖੋ ਮੈਂ ਇਹਨਾਂ ਨੂੰ ਹੁਣੇ ਬੇਨਤੀ ਕੀਤੀ ਹੈ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਸ ਮੁੱਦੇ ਨੂੰ ਸੀਰੀਅਸਲੀ ਲੈ ਕੇ ਮੀਟਿੰਗ ਕਰ ਰਹੀ ਹੈ, ਮੀਟਿੰਗ ਕਰਕੇ ਉਹ ਕੋਈ ਨਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕਰ ਰਿਹਾ ਕਹਿੰਦਾ। ਅਤੇ ਇਹੀ ਮੈਂ ਬੇਨਤੀ ਕੀਤੀ ਹੈ ਕਿ ਜਦੋਂ ਤੱਕ ਇਲੈਕਸ਼ਨ ਕਮਿਸ਼ਨ ਦੀ ਮੀਟਿੰਗ ਚੱਲ ਰਹੀ ਹੈ ਉਹਨਾਂ ਦਾ ਡਿਸੀਜਨ ਜਦੋਂ ਤੱਕ ਨਹੀਂ ਆਉਂਦਾ ਉਦੋਂ ਤੱਕ ਆਪਾਂ ਰੋਡ ਨਾ ਬਲੌਕ ਕਰੀਏ। ਲੋਕਾਂ ਦੀ ਜਿਹੜੀ ਇਨਕਨਵੀਨੀਅੰਸ ਹੋ ਰਹੀ ਹੈ, ਤੰਗ ਹੋ ਰਹੇ ਨੇ ਲੋਕ, ਉਹ ਤੋਂ ਉਹਨਾਂ ਨੂੰ ਬਚਾਇਆ ਜਾ ਸਕੇ। ਇਹੀ ਬੇਨਤੀ ਕੀਤੀ ਕਿ ਤੁਸੀਂ ਸਾਈਡ 'ਤੇ ਬੈਠ ਜਾਓ, ਪੀਸਫੁੱਲ ਤਰੀਕੇ ਦੇ ਨਾਲ ਜਿਹੜਾ ਪ੍ਰੋਟੈਸਟ ਹੈ ਉਹ ਤਾਂ ਰਾਈਟ ਹੈਗਾ, ਪੀਸਫੁੱਲ ਤਰੀਕੇ ਨਾਲ ਕਰ ਲੈਣ, ਬਟ ਰੋਡ ਬਲੌਕ ਕਰਨਾ ਜਿਹੜਾ ਹੈਗਾ ਉਹਦੇ ਨਾਲ ਪਬਲਿਕ ਨੂੰ ਇਨਕਨਵੀਨੀਅੰਸ ਹੋ ਰਹੀ ਹੈ। ਜਦੋਂ ਇਹ ਸਵੇਰੇ 10 ਵਜੇ ਪਹੁੰਚੇ ਸੀ ਇਹਨਾਂ ਨੇ ਨੈਸ਼ਨਲ ਹਾਈਵੇ ਤੋਂ ਥੋੜ੍ਹੀ ਜਿਹੀ ਪਿੱਛੇ ਹਟ ਕੇ ਜਾਣਾ ਜਾਮ ਕੀਤਾ ਹੋਇਆ ਸੀ, ਹੁਣ ਇੱਕੋ ਦਮ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ। ਨਹੀਂ ਉਹੀ ਨਾ, ਅਸੀਂ ਸਵੇਰੇ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸਾਈਡ 'ਤੇ ਬੈਠ ਜਾਓ, ਇਹਨਾਂ ਨੇ ਸਾਡੀ ਬੇਨਤੀ ਨੂੰ ਸੁਣ ਕੇ ਸਾਡੇ ਨਾਲ ਕੋਆਪਰੇਟ ਵੀ ਕੀਤਾ, ਸਾਈਡ 'ਤੇ ਬੈਠੇ ਰਹੇ।
फिर चलो इन्हां दे जत्थेबंदियां जिद्दां तक इकट्ठियां हुंदियां गईयां ऑल ऑफ सडन जाके इन्हां ने रोड ब्लॉक करता अद्धा घंटा हो गया पिछों तां असीं डायवर्शन करा दित्ती है पर जिहड़ियां गड्डियां कुछ लाइन च फसियां होईयां तो फसियां होईयां तो मैनूं आस है कि इह जल्दी चक के अपना ब्लॉक चक लैणगे रोड क्लीयर हो जाएगा पुलिस प्रशासन नाल वी गलबात कर लैणे सर कुछ दिन पहला इन्होंने एक मंग पत्र दिता से डिप्टी कमिश्नर नूं और एक मंग की थी कि 17 तरीक नूं असी चक्का जाम करांगे जे साडिया जिहड़ी मंग है वह ना मनी गई अज चक्का जाम करता पुलिस प्रशासन वालों की पुख्ता इंतजाम किए हुए अल्टीमेटली असी जिहड़ियां डिवर्शनां दित्तियां होईयां ऑलरेडी असी जिहड़ी इन्हां दी एडीसी साहब ने जिहड़ा हैगा इन्हां नाल गल कर ली है जल्दी जिहड़ा हैगा है जाम खोल दित्ता जाए किते ना किते लोक तां परेशान हो रहे आ तुसीं देख सकदे हो ट्रैफिक कित्थे तक जाम होया कोई एमरजेंसी है किसी ने विआह ते जाणा किसी एंबूलेंस फसी होई है इन्हां ने हुणे थोड़ी देर पहलां जिहड़ा जाम कीता सी उस तों पहलां स्लिप रोड ते बैठे सी जिहड़ा ट्रैफिक है निर्विघन जिहड़ा चल रिहा सीगा एडीसी साहब ने उन्हां नूं जिहड़ा कन्विंस करवा दित्ता उह जल्दी जिहड़ा हैगा जाम खुल जाए तस्वीरां ही तुहानूं दिखांदे तस्वीरां ही तुसीं इक वार फिर देख सकदे हो रविदास भाईचारे वालों अज जिहड़ा चक्का जाम कीता होया चक्का जाम जिहड़ा हैगा सवेरे 10 बजे तों लैके 4 बजे तक रहेगा अज भाईचारे वालों चक्का जाम कर दिता गया है क्योंकि पिछले दिनी एक मंग पत्र सौंपिया गया सीगा जय भीम जय भारत जय गुरदेव धन गुरदेव जिदा कि सारे लोगों को पता सर्विस लाइन खुल गई मेरे ख्याल कि जिदा कि सारे लोगों को पता है कि पंजाब के इलैक्शन जिहड़े 22 दे घोषित हो चुके हैं और डेट कलैश कर चुकी आ गुरुपुरब के करके और विरोध के साडा समाज जिहड़ा अज सड़कों के उत्ते उतरिया है और चुनाव योग तो इको एक मंग है कि साडियां भावनावां नूं समझदे हुए जिहड़ी चुनाव की डेट जिहड़ी हैगी आ एक हफ्ता लेट कर दित्ती जाए तां जो जिहड़ा उस टाइम दे विच साडा समाज लखां की गिनती दे विच जिहड़ा बनारस जांदा हैगा उह गुरुपुरब जिहड़ा गुरुपुरब सही तरीके नाल मना सके हुण प्रशासन तुहानूं इह कह रिहा कि इलैक्शन कमीशन दे नाल गलबात चल रही है हाँ जी बिल्कुल जी साड़ी डीसी साहब नाल भी गल हुण होई आ वो यही कह रहे हैं कि इस टाइम एक मीटिंग चल रही है जिहदे विच जिहड़ा साडा मुद्दा हैगा कि इलैक्शन डेट नूं अगे कीता जावे वो जिहड़ी हैगी आ तरीक जिहड़ी आ घोषित करनगे उम्मीद है कि करनगे अगर नहीं करनगे तां असीं जिथे स्टैंड करांगे असीं करांगे प्रशासन नूं पता सीगा कि अज भाईचारे ने चक्का करना जे देखा जाए कितें ना कितें प्रशासन की भी गलती दिखती पई है अगर प्रशासन ने पुख्ता इंतजाम किए होंदे लोग परेशान ना होंदे बिल्कुल वैसे तो सोशल मीडिया के होर अखबारों के भी आया है कि अज की तरीक दे जिहड़े चौंक जिहड़ा जाम रहना सीगा लेकिन प्रशासन ने जो काम करने प्रशासन ने किए हैगे और असी भी जिहड़ा अज विरोध प्रदर्शन जिहड़ा हैगा एक संबोलिक विरोध प्रदर्शन दिता है और आने वाले टाइम दे विच बड़ा तिखा संघर्ष जिहड़ा हैगा वह लिखा जाएगा गल करिए केड़ा केड़ा भाईचारा इत्थे पहुंच चुका हुण इतने लगभग सतगुरु रविदास महाराज जी के नाल संबंध रख दिया तमाम फोर्सिज जिहड़ियां हैगियां उह पहुंचियां सतगुरु कबीर टाइगर फोर्स और इहदे नाल नाल वाल्मीकि भाईचारा जिहड़ा हैगा उह भी पहुंचिया और सारे सिख जथेबंदियों वालों भी सारे जथेबंदियों वालों सानू पूरा हुंगारा मिल रहा तुसीं देख सकदे हो तस्वीरां पुलिस प्रशासन अते होर आला अधिकारियों के नाल गलबात होण तों बाद रविदास भाईचारे वालों जिहड़ा नैशनल हाईवे जाम खोल दिता गया है नैशनल हाईवे जाम खोल दिता गया है जिहड़े लोग परेशान हो रहे हैं उन्हां नूं हुण दिक्कत का सामना नहीं करना पेगा ADCB सिटी वन खुद जेड़े भाईचारे नैशनल हाईवे तो दूर करते हुए कैमरामैन जतिन ने नाम विनय शर्मा दैनिक सवेरा टीवी जलंधर अलीशा बेगम ना कोई चैलेंज ना कोई इनाम सिर्फ काम को सलाम वशीकरण करवाना हो या तुड़वाना हो प्यार में धोखा शादी के लिए माँ बाप का नाम मानना काम वही जो सर चढ़कर बोले इधर उधर ना भटके दुआ भी तकदीर बदल सकती है सोचने से नहीं फोन करने से दुख दूर होंगे झूठे और मीठे बनकर लूटने वालों से सावधान हर समस्या का समाधान 3 दिनों में किया जाता है अगर आपकी किस्मत में लॉटरी है तो इसे कैसे हासिल करे सुपर स्पेशलिस्ट पति पत्नी में अनबन प्रेम विवाह नौकरी कारोबार में रुकावट कोर्ट केस तलाक केस सौतन दुश्मन से छुटकारा लॉटरी सट्टा नंबर वशीकरण करवाना ये तुड़वाना बीमारी में दवा ना लगना अलीशा बेगम वर्ल्ड फेमस बाबा सलीम खान 21 बार गोल्ड मेडलिस्ट सारियां थामा तो निराश होते मायूस होने वाले एक बार फोन जरूर करो जिवे चाहोगे ओवे होएगा इट्स माय प्रॉमिस इमीडिएटली रिजल्ट ओपन चैलेंज इल्मा दे माहिर ए टू जेड समस्यावां दा फोन ते घर बैठे करवाओ हल वशीकरण ते मुठकरनी लव मैरिज सौतन ते दुश्मन तो छुटकारा पक्का काम पक्का हल 101% गारंटी अष्टाम पेपर समेत सब तो पहला काम करन दा वादा नौकरी प्रमोशन कारोबार च परेशानी घर च झगड़ा कोर्ट केस तलाक प्रॉपर्टी झगड़ा पति पत्नी चनबन जा दुटोना मनमोहनी वशीकरण करवाओ जा तुड़वाओ रुसे नु मनाओ हुणे कॉल करो बाबा सलीम खान 98199 37467